ਥਾਣਾ ਅਜਨਾਲਾ ਦੇ ਅਧੀਨ ਆਉਂਦੇ ਪਿੰਡ ਉੱਗਰ ਔਲਖ ਦੇ ਇੱਕ ਨੌਜਵਾਨ ਲਵਲੀ ਕੁਮਾਰ ਨੇ ਥਾਣਾ ਅਜਨਾਲਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸੁਖਦੇਵ ਸਿੰਘ ਅਤੇ ਕੁਝ ਹੋਰ ਵਿਅਕਤੀਆਂ ਵੱਲੋਂ ਉਸ ਨਾਲ ਗਾਲੀ-ਗਲੋਚ ਕੀਤਾ ਤੇ ਕੁੱਟਮਾਰ ਕੀਤੀ ਗਈ। ਦਰਸਾਲ ਇਹ ਸਾਰਾ ਵਿਵਾਦ ਪਿੰਡ 'ਚ ਬਣ ਰਹੀ ਡਿਸਪੈਂਸਰੀ ਤੋਂ ਸ਼ੁਰੂ ਹੋਇਆ। ਲਵਲੀ ਕੁਮਾਰ ਅਨੁਸਾਰ ਇਸ ਜਗ੍ਹਾ 'ਤੇ ਜਿੱਥੇ ਡਿਸਪੈਂਸਰੀ ਬਣ ਰਹੀ ਹੈ ਉੱਥੇ ਉਹਨਾਂ ਦੀ ਜਗ੍ਹਾ ਵੀ ਹੈ। ਇਸ ਗੱਲ ਨੂੰ ਲੈ ਕੇ ਸੁਖਦੇਵ ਸਿੰਘ ਨੇ ਆਪਣੇ ਕੁਝ ਸਾਥੀਆਂ ਨਾਲ ਲਵਲੀ ਉੱਤੇ ਹਮਲਾ ਕਰ ਦਿੱਤਾ। ਮੇਰਾ ਨਾਮ ਸਰ ਲਵਲੀ ਕੁਮਾਰਾ ਪਿੰਡੋ ਗੁਰਗਤ ਤਹਿਸੀਲ ਨਾਲਾ ਡਿਸਟ੍ਰਿਕਟ ਅਮਰੀਕਾ ਸਰ ਮੈਂ 25 ਤਰੀਕ ਦੀ ਗੱਲ ਹੈ ਜੀ ਕੋਈ ਸਾਡੇ ਇਥੇ ਸਰਪੰਚ ਦਾ ਘਰ ਵਾਲਾ ਵਾ ਰਜਿੰਦਰ ਕੌਰ ਦਾਸ ਮੌਜੂਦਾ ਸਰਪੰਚੇ ਲੇਡੀ ਸਰਪੰਚੋ ਦਾ ਘਰ ਵਾਲਾ ਸੁਖਦੇਵ ਸਿੰਘ ਮੋਰ ਤੇ ਕੋਈ ਡਿਸਪੈਂਸਰੀ ਵੀ ਅਗਰਾ ਬਣਾ ਰਹੇ ਸੀ ਤੇ ਮੈਂ ਉਹਨਾਂ ਨੂੰ ਜਾਂਦੇ ਜਾਂਦਾ ਰਸਤੇ 'ਚ ਮਿਲਿਆ ਮੈਂ ਸਰ ਇਥੇ ਸਾਡਾ ਤਾਂ ਥਾਂ ਥਾਂ ਬੰਦਾ ਟੋਆ ਦਾ ਡਿਸਪੈਂਸਰੀ ਵੇਖ ਕੇ ਬਣਾਉ ਉਹ ਕਹਿੰਦਾ ਕੋਈ ਨਹੀਂ ਆਪਾਂ ਨਿਸ਼ਾਨਦਾ ਹੀ ਲਈ ਆ ਮੈਂ ਵੇਖ ਕੇ ਤੁਰਨ ਲੱਗਾ ਕੋਈ ਗੱਲ ਨਹੀਂ ਹੋਈ ਉੱਥੇ ਤੂੰ ਤੂੰ ਮੈਮ ਹੋਈ ਇਹਨਾਂ ਦੇ ਭਤੀਜੇ ਨਾਲ ਗੱਲ ਕਰਤੀ ਜੀ ਉੱਥੇ ਆਪਾਂ ਥੋੜਾ ਨਾ ਹੱਥੋਂ ਪਾਈ ਹੋਏ ਜਾਂੇ ਉੱਥੋਂ ਘਰੇ ਆ ਗਿਆ ਮੈਂ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਈ ਇਹਨਾਂ ਕੋਈ ਨਹੀਂ ਨੌਂ ਵਜੇ ਜਗ੍ਹਾ ਥੋੜੇ ਮੋੜਾ ਮੋੜਾ ਤੂ ਤੂ ਮੈਮ ਹੋਈ ਆ ਬਾਅਦ ਚ ਇਹਨਾਂ 12 ਵਜੇ ਆ ਗਏ ਮੈਨੇ ਸਰਪੰਚ ਨੇ ਨਾਲ ਬੰਦੇ ਕੋਈ ਅਨਭਿਸ਼ਾ ਤੇ ਬਾਹਰੋਂ ਲੈ ਕੇ ਤੇ ਮੇਰੇ ਘਰ ਆ ਗਏ ਨੇ ਹਮਲਾ ਕਰਤਾ ਜਦ ਕਿ ਮੈਨੂੰ ਇਹਨੇ ਕੁੱਟਿਆ ਮਾਰਿਆ ਵੀ ਇਹਨਾਂ ਦੇ ਨਾਲ ਸਰਪੰਚ ਨੇ ਕਿ ਸੁਖਦੇਵ ਸਿੰਘ ਆ ਉਹ ਸਰਪੰਚਨੀ ਦਾ ਘਰ ਵਾਲਾ ਜਿਹੜਾ ਸੁਖਦੇਵ ਸਿੰਘ ਉਹਨੇ ਕਿਹਾ ਵੀ ਇਹੋ लवली ਫੜ ਲਓ ਫਿਰ ਇਹਨਾਂ ਫਾਇਰਿੰਗ ਫੋਰਿੰਗ ਕੀਤੀ ਉੱਪਰ ਆ ਗਏ ਇੱਕੋ ਫਾਇਰ ਮਾਰਿਆ ਜੀ ਫਿਰ ਮੈਨੂੰ ਕੋਠੇ ਤੋਂ ਥ ਤੇ ਸੀਸੀਟੀ ਵੀ ਕੈਮਰੇ ਸਾਡੇ ਘਰੇ ਲੱਗੇ ਹੀ ਜੇ ਉਹਦੇ ਵਿੱਚ ਸਾਰੇ ਹੋਇਆ ਵਾ ਕੁਝ ਬਾਹਰੋਂ ਬੰਦੇ ਆਏ ਆ ਪਤਾ ਲੱਗਾ ਕੋਈ ਇਹਨਾਂ ਦੇ ਘਰ ਮੇ ਆਏ ਉਹਨਾਂ ਨੇ ਉਹ ਵੀ ਵੈਰੀਫਾਈ ਹੋ ਰਿਹਾ ਏ ਬਾਕੀ ਤਵਦੀਸ਼ ਕਰ ਰਹੇ ਸਾਰੋਂ ਨਹੀਂ ਤੇ ਮੈਂ ਇਹੋ ਚਾਹੁੰਦਾ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਕੱਲ ਬਾਅਦ ਚ ਜਦੋਂ ਸਾਰੇ ਪਰਚਾ ਦਰਜ ਕਰਾ ਕੇ ਵਾਪਸ ਆ ਰਹੇ ਸੀ ਇਹਨਾਂ ਦੇ ਮੰਡੇ ਫੇਰ ਸਾਨੂੰ ਆਪਣੇ ਰੋਕੇ ਪਿੰਡ ਦੇ ਘੇਰ ਲਿਆ ਸਾਰੇ ਉਹਨਾਂ ਸਾਨੂੰ ਮਗਰ ਭੱਜੇ ਮੈਂ ਕਣਕਾਂ ਵਿੱਚ ਦੀ ਭੱਜ ਕੇ ਆਪਣੀ ਜਾਨ ਬਚਾਈ ਆ ਕਿਉਂਕਿ ਜੀ ਉਹਦੇ ਵਿੱਚ ਵਰਿੰਦਰ ਸਿੰਘ ਸਾਨੂੰ ਬਲਦੇਵ ਸਿੰਘ ਅਮਨਦੀਪ ਸਿੰਘ ਸਨ ਆਫ ਦਰਾਵਾਂ ਦਾ ਇਹਨਾਂ ਦਾ ਭਾਈ ਆ ਇੱਕ ਇੱਕ ਸਰਤਾਜ ਮੁੰਡਾ ਪੋਈਆਲੀ ਤੋਂ ਇੱਕ ਜੱਟੇ ਪਛੀ ਦਾ ਘੋਗਾ ਵਾ ਮੁੰਡਾ ਜੀ ਨਾਲ ਉਹਦਾ ਇੱਕ ਭਰਾ ਆ ਬਾਕੀ ਅਨਪਛਤੇ ਤਿੰਨ ਜਣੇ ਦੋ ਗੱਡੀਆਂ ਪਰ ਮੈਂ ਆਪਣੀ ਭੱਜ ਕੇ ਜਾਨ ਬਚਾਈ ਆ ਉਹ ਵੀ ਸੀਸੀਟੀ ਵੀ ਕੈਮਰਾ ਹੀ ਕਢਵਾ ਲਿਆ ਜੀ ਗੱਲ ਮੌਕੇ ਤੇ ਡਿਫਟੀ ਸਾਹਿਬ ਸਾਰੇ ਐਸਐਚਓ ਸਾਹਿਬ ਸਾਰਿਆਂ ਨੇ ਮਤ ਦਿੱਤੀ ਆਏ ਜੀ ਬਾਕੀ ਉਹਨਾਂ ਦੀ ਦਰਖਾਸਤ ਦਿੱਤੀ ਆ ਉਹ ਕਹਿੰਦੇ ਵੀ ਆਪਣਾ ਜੋ ਵੀ ਬੰਦੀ ਨੇ ਤੇ ਕਾਰਵਾਈ ਮੈਂ ਕਰਾਉਣਾ ਚਾਹੁੰਦਾ ਵੀ ਵਾਤ ਵਾਤ ਕਰ ਮੈਨੂੰ ਇਹਨਾਂ ਤੋਂ ਖਤਰਾ ਵਾ ਕੱਲ ਨੂੰ ਮੇਰਾ ਜਾਲੀ ਮਾਲੀ ਦਾ ਨੁਕਸਾਨ ਜੋ ਵੀ ਹੋਗਾ ਤੇ ਜੋ ਮੇਰਾ ਸੁਖਦੇਵ ਸਿੰਘ ਹੋਊਗਾ ਜੀ ਚਾਹਨ ਤੋਂ ਕਿ ਮੰਗ ਕਰਦੇ ਪ੍ਰਸ਼ਾਸਨ ਤੋਂ ਆਪੇ ਪੁਲਿਸ ਪ੍ਰਸ਼ਾਸਨ ਤੋਂ ਸਾਰੇ ਇਹ ਮੰਗ ਕਰਦੇ ਆ ਕਿ ਸਰ ਜੋ ਵੀ ਇਹਨਾਂ ਦੇ ਬਸਕ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਠੀਕ ਹੈ ਇਹ ਕਹੀ ਜਾਂਦੇ ਵੀ ਸਾਨੂੰ ਕੋਈ ਅਰੈਸਟ ਨਹੀਂ ਕਰ ਸਕਦਾ ਆਉਂਦੇ ਆ ਰਾਤ ਗੱਡੀਆਂ ਲੈ ਕੇ ਫੇਰ ਕਦੀਆਂ ਇਹਨੂੰ ਚਲ ਚੰਦੇ ਕਦੀ ਇੱਥੇ ਪੈਗ ਲਾਉਂਦੇ ਨੇ ਸੀਸੀਟੀਵੀ ਵਗੈਰਾ ਸਭ ਕੁਝ ਸਾਡੇ ਕੋਲ ਹੈਗਾ ਇਹ ਸਾਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਮੈਂ ਤਾਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਗੋੜੀ-ਗੋੜੀ ਚੱਲੀ ਕੀ ਮਾਮਲਾ ਤੇ ਕੀ ਕਰ ਲਈ ਕੋਰਤੀ ਕੇਸ ਰਜਿਸਟਰਡ ਕਰਤਾ ਜੇ 307 ਦਾ ਉਥੇ ਇੱਕ ਲੜਕਾ लवली ਉਹਨਾਂ ਦਾ ਕੋਈ ਗੜਿਆਂ ਤੋਂ ਲੈ ਕੇ ਕੋਈ ਪੰਚਾਇਤ ਨੇ ਨਿਸ਼ਾਨਦੇਹੀ ਕਰਾਈ ਸੀ ਕਿ ਉਥੇ ਡਿਸਪੈਂਸਰੀ ਦੇ ਤੇ ਉਹਦਾ ਇਹ ਹੈਗਾ ਸੀ ਕਿ ਮੇਰੀ ਵੀ ਇੱਥੇ ਜਗ੍ਹਾ ਨਿਕਲਦੀ ਆ ਉਹ ਇਸੇ ਗੱਲ ਨੂੰ ਲੈ ਕੇ ਬਾਅਦ-ਬਾਅਦ ਹੋਇਆ ਤੇ ਫਿਰ ਜਦੋਂ ਗੱਲ ਵਧੀ ਤੇ ਉਹ ਦੂਸਰੀ ਪਾਰਟੀ ਉਹਦੇ ਘਰ ਚ ਦਾਖਲ ਹੋ ਗਈ ਅਸਲੇ ਲੈ ਕੇ ਤੇ ਉਹਦੀ ਮਾਰਕ ਡਾਈ ਕੀਤੀ ਤੇ ਸਬੰਧਕ ਕੇਸ ਦਰਜ ਕਰ ਦਿੱਤਾ ਜੀ ਫਾਈਲਿੰਗ ਵੀ ਹੋਈ ਸੀ ਉਹ ਦਸਦੀ ਕਰ ਰਹੇ ਆ ਜੀ ਉਹ ਕਿਹੜੀ ਕਿਹੜਾ ਹੁੰਦਾ ਤੁਹਾਨੂੰ ਪਤਾ ਕਿਨੇ ਮੰਗਨ ਕਰੂੰਗਾ ਸਤੋਂ ਹੁੰਦਿਆਂ ਦੇ ਪਰਚਾ ਦਰਜ ਕੀਤਾ ਜੀ ਕਿਹੜੀ ਤਰ੍ਹਾਂ ਦੇ 307 ਦੇ ਤਾਂ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ